श्रोमणी गुरुद्वारा प्रबंधक कमेटी बोर्ड के चुनाव करवाए जाने की मांग को लेकर पंजाब तथा हरियाणा हाई कोर्ट में याचिका दायर कर दी गई है। याचिका पर सुनवाई करते हुए जस्टिस M.A.S. बेदी ने केंद्रीय गृह मंत्रालय सहित गुरुद्वारा चुनाव आयोग को 31 मार्च के लिए नोटिस जारी कर मामले में जवाब मांगा है। अमृतसर के अचनाला निवासी सरदार बलदेव सिंह सिरसा ने हाई कोर्ट में याचिका दायर कर बताया है कि SGPC बोर्ड की 5 वर्ष की अवधि समाप्त हो चुकी है। तय नियमों के तहत बोर्ड का गठन 5 वर्ष के लिए किया जाता है, फिर उसके बाद नए सिरे से बोर्ड के चुनाव करवाए जाते हैं। गठन के दौरान सहजधारी सिख संगठन ने SGPC चुनाव में सहजधारी सिखों के मताधिकार की मांग को लेकर जो याचिका दायर की हुई थी उस पर हाई कोर्ट की फुल बेंच सुनवाई कर रही थी। इसके अलावा उन्होंने स्पष्ट किया है कि SGPC के चुनाव केंद्रीय गृह मंत्रालय की ओर से करवाए जाते हैं। केंद्रीय गृह मंत्रालय तथा सिख चुनाव आयोग यदि सही समझते हों तो चुनाव भी करवा सकते हैं। ਇਹ ਜੀ ਮਾਮਲਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਤੋਂ ਐਕਟ ਬਣਿਆ ਉਦੋਂ ਤੋਂ ਲੈ ਕੇ ਅੱਜ ਸਮੇਂ ਸਿਰ ਇਲੈਕਸ਼ਨਾਂ ਨਹੀਂ ਹੋਈਆਂ, ਜਿਸ ਦੀ ਮਿਸਾਲ ਹੈ ਕਿ 1978 ਤੋਂ ਲੈ ਕੇ 1996 ਤੱਕ 17 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਔਰ ਉਸ ਤੋਂ ਬਾਅਦ 96 ਤੋਂ ਬਾਅਦ ਫਿਰ 2001 'ਚ ਹੋਣੀਆਂ ਸੀ, ਲੇਕਿਨ 2004 ਦੇ ਵਿੱਚ ਜਿਹੜੀਆਂ ਨੇ ਉਹ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ। 8 ਸਾਲ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਹੋਈ ਔਰ ਉਸ ਤੋਂ ਬਾਅਦ ਫਿਰ 4 ਤੋਂ ਬਾਅਦ 9 'ਚ ਹੋਣੀਆਂ ਸੀ, 9 ਦੀ ਬਜਾਏ 11 'ਚ ਹੋਈਆਂ, ਭਾਵ 7 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ। ਔਰ ਜਦੋਂ ਦਸੰਬਰ 2011 ਤੋਂ ਜਿਹੜੀ ਆ ਉਹ ਮਨਿਆਦ 5 ਸਾਲ ਦੀ ਖਤਮ ਹੋ ਗਈ ਆ, ਉਸ ਤੋਂ ਇਹ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਸੀ, ਲੇਕਿਨ 2017 ਸਨ ਜਿਹੜਾ ਉਹ ਆ ਗਿਆ। ਅਜੇ ਤੱਕ ਵੀ ਕਿਸੇ ਵੀ ਪਾਰਟੀ ਨੂੰ, ਚਾਹੇ ਉਹ ਕਾਗਜ਼ਰ ਹੈ, ਬਾਦਲ ਹੈ ਜਾਂ ਕੋਈ ਹੋਰ ਹੈ, ਕਿਸੇ ਨੇ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰਕੇ ਮੈਂ ਆਪਣਾ ਇੱਕ ਨਵਾਣਾ ਜਾਂ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਸਮਝਿਆ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਨੇ ਇਹ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ ਔਰ ਇਸ ਟਾਈਮ 'ਤੇ ਜਿਹੜੀ ਇਹ ਬਾਦਲ ਜੁੰਡਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੈ ਔਰ ਇਹਨਾਂ ਦੇ ਬਾਦਲ ਦੀ ਜੇਬ ਦੇ ਵਿੱਚੋਂ ਹੀ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਔਰ ਅਕਾਲ ਤਖਤ ਦੇ ਜਥੇਦਾਰ ਜਿੰਨੇ ਵੀ ਗ੍ਰੰਥੀ ਜਾਂ ਜਿੰਨੇ ਨੇ ਉਹ ਸਾਰੇ ਜਿਹੜਾ ਉਹ ਦਰਵਾਜ਼ਾ ਖੜਕਾਇਆ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕੱਲ੍ਹ ਹੀ MM.S. ਬੇਦੀ ਜੋ ਜੱਜ ਸਨ ਜਿਨ੍ਹਾਂ ਦੇ ਕੋਲ ਸਾਡਾ ਕੇਸ ਲੱਗਿਆ ਸੀ, ਉਹਨਾਂ ਨੇ ਜਿਹੜਾ ਸੀ ਉਹ ਨੋਟਿਸ ਜਾਰੀ ਕਰਤਾ। ਮੈਂ ਆਪਣੇ ਵਕੀਲ ਇਸ਼ਪਨੀਤ ਸਿੰਘ ਔਰ ਬੀਬੀ ਜਤਿੰਦਰਜੀਤ ਕੌਰ ਦੇ ਰਾਹੀਂ ਇਹ ਪਟੀਸ਼ਨ ਪਾਈ ਸੀ, ਜਿਸ 'ਚ ਮੈਨੂੰ ਕੱਲ੍ਹ ਮਾਨਯੋਗ ਕੋਰਟ ਨੇ ਜਿਹੜਾ ਹੈ ਉਹ ਬਹੁਤ ਵੱਡਾ ਮੈਂ ਸਮਝਦਾ ਕਿ ਰਿਲੀਫ ਮਿਲੀ ਹੈ ਔਰ ਜਿਹੜਾ ਹੈ ਉਹ ਯੂਨੀਅਨ ਆਫ ਇੰਡੀਆ ਨੂੰ ਜਿਹੜਾ ਹੈ ਉਹ ਨੋਟਿਸ ਹੋ ਗਿਆ। 31 ਮਾਰਚ ਜਿਹੜੀ ਆ ਉਹ ਅਗਲੀ ਤਰੀਕ ਰਹੀ ਹੈ, 31 ਮਾਰਚ ਤੱਕ ਇਹਨਾਂ ਤੋਂ ਜਵਾਬ ਮੰਗ ਲਿਆ ਕਿ ਇਲੈਕਸ਼ਨ ਕਰਾਈ। ਦਰਅਸਲ ਗੱਲ ਇਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਸੀ ਤਾਂ ਉਹ ਇਲੈਕਸ਼ਨ ਦਾ ਜਨਰਲ ਹਾਊਸ ਸਥਾਪਿਤ ਹੀ ਨਹੀਂ ਸੀ ਹੋਇਆ ਜੀ, ਉਸ ਜਨਰਲ ਹਾਊਸ ਨੇ ਨਵੇਂ ਅਧਿਕਾਰੀ ਚੁਣੇ ਹੀ ਨਹੀਂ ਸੀ ਅਤੇ ਉਸ ਤੋਂ ਪਹਿਲਾਂ ਸਟੇਅ ਲੱਗ ਗਿਆ ਅਤੇ ਸਟੇਅ ਤੋਂ ਬਾਅਦ ਹਾਈ ਕੋਰਟ ਹੈ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ 'ਚ ਗਿਆ। ਇਹ ਤੁਹਾਨੂੰ ਯਾਦ ਹੋਊਗਾ ਇਹ ਮਸਲਾ ਸੀ ਸਹਿਤਾਰੀਆਂ ਨੂੰ ਵੋਟ ਦੇਣ ਦਾ। ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੀ ਸਿਰਫ 4 ਮਹੀਨੇ 5 ਮਹੀਨੇ ਪਹਿਲਾਂ, ਕੁਦਰਤੀ ਗੱਲ ਹੈ ਕਿ ਨਵੇਂ ਹਾਊਸ ਨੂੰ ਬੈਠਣ ਦਾ ਤਾਂ ਸਮਾਂ ਮਿਲਿਆ ਹੀ ਨਹੀਂ, ਇੱਕ ਦਿਨ ਵੀ ਹੁਣ ਹੀ ਮਿਲਿਆ। ਇਹ ਸਮਝ ਲਓ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਉਸ ਤੋਂ ਬਾਅਦ ਹੀ ਉਹ ਮੈਂਬਰ ਤਸਲੀਮ ਹੋਏ, ਮਨਜ਼ੂਰ ਹੋਏ। ਸੋ ਕਿਉਂਕਿ ਕੇਸ ਕੱਚੇ ਕੋਲ ਹੈ ਅਤੇ ਉਹਦੇ ਬਾਰੇ ਕੋਈ ਕਮੈਂਟਰੀ ਕਰਨਾ ਤਾਂ ਹੱਕ ਹੈ ਨਹੀਂ, ਕੋਈ ਜ਼ਾਤੀ ਵਿਚਾਰ ਤਾਂ ਕਿਸੇ ਦਾ ਹੋ ਸਕਦਾ, ਬਾਕੀ ਉਹਦੇ ਬਾਰੇ ਤਾਂ ਕੁਛ ਕਿਹਾ ਹੀ ਨਹੀਂ ਜਾ ਸਕਦਾ। ਨਹੀਂ, ਇਹ ਗਲਤੀ ਸੀ, ਪਹਿਲਾਂ ਤਾਂ ਇਹ ਗੱਲ ਕਦੀ ਵੀ ਨਹੀਂ ਸੀਗੀ। ਹੁੰਦਾ ਕੀ ਹੈ ਕਿ ਸਰਕਾਰ ਦੇ ਆਪਣੇ ਪ੍ਰਬੰਧਨ 'ਚ ਕਈ ਵਾਰੀ ਹੋ ਜਾਂਦਾ ਹੈ ਕਿ ਚੋਣਾਂ ਕਿਹਨੇ ਕਰਾਉਣੀਆਂ ਹੁੰਦੀਆਂ ਨੇ, ਇਲੈਕਸ਼ਨ ਕਮਿਸ਼ਨ ਨੇ ਕਰਾਉਣੀ ਹੁੰਦੀ, ਇਲੈਕਸ਼ਨ ਕਮਿਸ਼ਨ ਕੋਈ ਸ਼੍ਰੋਮਣੀ ਕਮੇਟੀ ਦਾ ਸਾਡਾ ਤਾਂ ਆਪਣਾ ਹੈ ਨਹੀਂਗਾ, ਇਹ ਸਰਕਾਰ ਦਾ ਹੁੰਦਾ ਜੀ, ਠੀਕ ਹੈ, ਉਹ ਸਰਕਾਰ ਚੋਣਾਂ ਕਰਾਉਂਦੀ ਹੈ। ਇਸ ਮਸਲੇ ਦੀ ਗੱਲ ਹੈ ਕਿ ਹੁਣ ਜਦੋਂ ਇਹ ਹਾਊਸ ਹੀ ਨਹੀਂ ਬੈਠਿਆ, ਹੁਣ ਸੁਪਰੀਮ ਕੋਰਟ ਕਿਸੇ ਚੁਣੌਤੀ, ਹਾਈ ਕੋਰਟ 'ਚ ਚੁਣੌਤੀ ਦੇ ਦਿੱਤੀ ਹੈਗੀ, ਤਾਂ ਉਹਦੇ ਵਿੱਚ ਜੋ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਫੈਸਲਾ ਹੋਏਗਾ, ਜੇ ਇੱਕ ਧਿਰ ਨੂੰ ਮਨਜ਼ੂਰ ਨਹੀਂ ਹੋਏਗਾ ਤਾਂ ਸ਼ਾਇਦ ਦੂਜੀ ਧਿਰ ਦੂਜੇ ਪਾਸੇ ਵੀ ਚੱਲੀ ਜਾਵੇ। ਇਸ ਕਰਕੇ ਮੇਰਾ ਆਪਣਾ ਜ਼ਾਤੀ ਵਿਚਾਰ ਹੈ ਕਿ ਇਹਦੇ ਵਿੱਚ ਜਿਹੜੇ ਮੈਂਬਰ ਹੁਣ ਆਏ ਨੇ 4 ਸਾਲ ਉਡੀਕ ਉਡੀਕ ਕੇ, ਅਤੇ ਉਹਨਾਂ ਨੂੰ ਆਪਣਾ ਪੂਰਾ ਸਮਾਂ ਤਾਂ ਮਿਲਣਾ ਹੀ ਚਾਹੀਦਾ, ਇਹ ਮੇਰਾ ਜ਼ਾਤੀ ਵਿਚਾਰ ਹੈ। ਮੇਰੇ ਜ਼ਾਤੀ ਵਿਚਾਰ ਦੀ ਕੀ ਹਿਸਾਬ ਹੈ ਤਾਂ ਕੋਰਟ ਦਾ ਹੀ ਫੈਸਲਾ ਹੋਣਾ ਅਲਟੀਮੇਟਲੀ। ਜਿਹੜੀ ਦੂਜੀ ਤੁਹਾਡੀ ਗੱਲ ਹੈ ਕਿ ਅੱਗੇ ਵੀ 8-8, 7-7 ਸਾਲ ਦਾ ਸਮਾਂ ਲੱਗਦਾ ਰਿਹਾ ਇੱਕ ਇਲੈਕਸ਼ਨ ਤੋਂ ਬਾਅਦ ਦੂਜੀ ਇਲੈਕਸ਼ਨ ਦੇ 'ਚ, ਤਾਂ ਮੈਂ ਸਮਝਦਾ ਕੋਈ ਸ਼੍ਰੋਮਣੀ ਕਮੇਟੀ ਦੇ 'ਚ ਕੋਈ ਗੱਲ ਹੈ ਕੋਈ ਨਹੀਂ, ਉਹਦਾ ਰੋਲ ਹੀ ਕੋਈ ਨਹੀਂ ਹੈਗਾ, ਉਹ ਜਦੋਂ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਹੋ ਜਾਂਦੀ ਹੈ, ਅਤੇ ਇਲੈਕਸ਼ਨ 7 ਸਾਲ ਨਹੀਂ ਕਰਾਉਂਦੇ, ਇਲੈਕਸ਼ਨ ਕਿਹਨੇ ਕਰਾਉਣੀਆਂ ਹੁੰਦੀਆਂ ਨੇ, ਸਰਕਾਰਾਂ ਨੇ ਕਰਾਉਣੀਆਂ ਹੁੰਦੀਆਂ ਨੇ ਇਲੈਕਸ਼ਨ ਆਪਣੇ ਨੋਟੀਫਿਕੇਸ਼ਨ ਰਾਹੀਂ, ਤਾਂ ਉਹ ਨਹੀਂ ਹੋਈਆਂ, ਇਸ ਕਰਕੇ ਡਿਲੇ ਹੋ, ਇਸ ਕਰਕੇ ਦੇਰੀ ਹੋਈ ਹੈ, ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਹਾਂ ਡਿਲੇ ਹੋਈ ਹੈ।